दस दो बदला बोलन दिया डेढ़ घंटा हो गया नहीं एक मिनट ही आ रहा डेढ़ घंटा हो गया फड़ो तुम बचा ते आए लगता है सोनी साहब तुम बचा ते आए हो लाइव फेसबुक ते तुम बचा ते आए हो पौना घंटा हो गया तुम पुछो हेलो कितनी देर हो गई इथे खलोते लोगों नु भी पुलिस नु फोन की तेरे सट लगी मेरे सट लगी फोन आ गया हुण किन्नू फोन आ गया पौना घंटा हो गया तेरे किरच वजी है किरच वजी है ना पौना घंटा हो गया फोन किते पुलिस नु नहीं नहीं गल नहीं हुई है जड़े दो बंदे आ गए हो चाहिए अनु नाल किन्ने बंदे तेरे नाल ओ की करन आए ही मोहित पुत्र मोहित प्यो का ना कितो का रहने वाला दूजा एक मिनट किन्नी खो है पहली है तू पहली बारी कि बारी आए है तू उन्हां नाल क्यों आया इत्थे बंदे नूं पे हो तुसीं इत्थे बंदे नूं हुण पे हो ते ओह उतर के मेरा नाम लवली है भाई इलाका ठडेरी गेट तो आउण अरमान वाले मैं उधरों अरमान वाले पासे आन डिया ही ते तीन जने पए मोटरसाइकिल ते आन डिया ही दो जने मोटरसाइकिल ते चढ़े हुए ही आ जिहड़ा बंदा फड़िया ए इन्हें उतर के नाले ते मारिया मैनू एक ने किरच फड़ी हुई ही ते इन्हें पता नहीं सिर च मेरे की मारिया सिर च मेरे सट लगी हुई है ते पुलिस नू दो तीन घंटे हो गए ने फोन कीता तीन घंटे बाद पुलिस आई ने ते आ अगों कहिंदा आपां झाड़ू वाले बंदे हैगे आ ते अगों धमकियां लान डिया ही कि सानू छड्ड दिओ फिर वो माँ भी आई तो दो तीन बंदे होर इतने है इनू छटाने वास्ते आए उन्होंने बंदे ही झाड़ू वाले इतने ही खलोते हुए हूँ पता नहीं कितने मामला यह है कि अरमान रिजोर्ट रोड एक खोह तो खूनी रोड बन चुकी है और इतने सैर करने वाले जिहड़ा भी निकलता घरों लगभग चार पाँच महीने तो जिहड़ा निकलता जनानियां दियां हत्थां दियां मंगां खोहियां जांदियां पैसों चों जेबां चों पैसे कढ़े जांदे आ और उन्हां नूं धमका के उन्हां कोलों डोल भी खोए जांदे आ दुध लैण वाले और ईवन दैन जिहड़ा भी कोई निकलता उहदे कोलों पूरी हैरत अंगेज गल इह है सच्चाई इह है भी सवेरे टाइम देखो छे बजे तों लै के सत्त बजे दे विच दंद रांदे दातर लै के ते पिस्टल लै के ਇਹ ਕਿਰਚਾ ਲੈ ਕੇ ਨਿਕਲਦੇ ਨੇ ਔਰ ਇਲਾਕੇ ਦੇ ਅੰਦਰ ਕੋਈ ਆਦਮੀ ਮਫੂਜ ਨਹੀਂ ਲੋਕਾਂ ਨੇ ਸੈਰ ਕਰਨੀ ਬੰਦ ਕਰ ਅੱਜ ਮੈਂ ਲਗਭਗ ਘਰ ਬੈਠਾ ਸੀ ਡੇਢ ਘੰਟਾ ਪੌਣੇ ਦੋ ਘੰਟੇ ਪਹਿਲਾਂ ਮੈਨੂੰ ਫੋਨ ਆਇਆ ਵੀ ਇੱਦਾਂ ਇੱਦਾਂ ਤਿੰਨ ਮੋਟਰਸਾਈਕਲ ਸਵਾਰ ਸੀ ਉਹਨਾਂ ਨੇ ਇੱਕ ਬੰਦੇ ਦੇ ਉਹ ਘੇਰਿਆ ਅਤੇ ਉਹਦੇ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਹੈ ਉਹਨੇ ਉਹਦੇ ਨਾਲ ਦਲੇਰਾਂ ਨਾਲ ਹਮਲਾ ਕੀਤਾ ਬਰਾਬਰੀ ਕੀਤੀ ਹੈ ਜਿਸ 'ਚੋਂ ਇੱਕ ਬੰਦੇ ਨਾਲ ਉਹਨਾਂ ਦਾ ਮੁਕਾਬਲਾ ਹੋਇਆ ਉਹਦੇ ਸਿਰ 'ਚ ਵੀ ਕਹਿੰਦੇ ਸੱਟ ਲੱਗੀ ਹੈ ਹੋਰ ਵੀ ਕੋਈ ਸੱਟ ਲੱਗੀ ਹੈ ਪਰ ਉਹ ਦੋ ਦੌੜ ਗਏ ਆ ਤੇ ਇੱਕ ਫੜਿਆ ਗਿਆ ਉਹਨੂੰ ਆ ਕੇ ਪੁੱਛਿਆ ਗਿਆ ਜਦੋਂ ਲੋਕਾਂ ਨੇ ਮੈਨੂੰ ਟੈਲੀਫੋਨ ਕਰਕੇ ਬੁਲਾਇਆ ਤਾਂ ਮੈਂ ਪੁੱਛਿਆ ਆ ਕੇ ਵੀ ਕਿੱਦਾਂ ਇਹ ਹੋਇਆ ਤੂੰ ਕਿੱਥੋਂ ਆਇਆ ਉਹਨੇ ਪਹਿਲਾਂ ਕਿਹਾ ਮੈਂ ਹਾਥੀ ਗੇਟ ਦਾ ਰਹਿਣ ਵਾਲਾ ਉਹਨੂੰ ਪੁੱਛਿਆ ਹਾਥੀ ਗੇਟ ਕਿਤੇ ਕਿਹਦਾ ਕੀ ਕਿਹਦੇ ਵਾਰ ਰਹਿੰਦਾ ਕੀ ਨਾਂ ਹੈ ਤੇਰੇ ਬਾਪ ਦਾ ਕੌਣ ਆ ਤੂੰ ਉਹਨੇ ਕਿਹਾ ਮੈਂ ਬੱਕਰੇ ਦੇ ਘਰ ਦੇ ਲਾਗੇ ਰਹਿੰਦਾ ਉਸ ਤੋਂ ਬਾਅਦ ਪੁੱਛਿਆ ਵੀ ਤੂੰ ਕੀ ਨਾਂ ਹੈ ਤੇਰੇ ਬਾਪ ਦਾ ਤੇ ਉਹਨੇ ਕਿਹਾ ਮੈਂ ਕਾਦੀ ਹੱਟੀ ਰਹਿੰਦਾ ਕਾਦੀ ਹੱਟੀ ਤੋਂ ਬਾਅਦ ਪੁੱਛਿਆ ਵੀ ਤੂੰ ਕਿੱਥੇ ਕਾਦੀ ਹੱਟੀ ਰਹਿੰਦਾ ਤੇ ਕਹਿੰਦਾ ਜੀ ਮੈਂ ਪੁਰੀਆਂ ਵਾਲੇ ਰਹਿੰਦਾ ਬਾਅਦ 'ਚ ਉਹਨੂੰ ਪੁੱਛਿਆ ਗਿਆ ਵੀ ਤੇਰੇ ਨਾਲ ਕੌਣ ਕੌਣ ਸੀ ਉਹਨੇ ਇੱਕ ਮਨੋਜ ਅਤੇ ਇੱਕ ਨਾਂ ਹੋਰ ਮੋਹਿਤ ਅਤੇ ਆਸ਼ੂ ਲਿਆ ਇੱਥੇ ਲਗਭਗ ਉਸ ਵੇਲੇ ਇਲਾਕੇ ਦਾ ਡੇਢ ਦੋ ਸੌ ਤੋਂ ਪਲੱਸ ਬੰਦਾ ਇਕੱਠਾ ਹੋ ਚੁੱਕਾ ਸੀ ਪੁਲਿਸ ਦੀ ਹੈਰਾਨੀ ਜੋ ਗੱਲ ਇਹ ਹੈ ਛੋਟੀ ਜਿਹੀ ਗੱਲ ਵਾਸਤੇ ਤਾਂ ਕਿਸੇ ਦੀ ਲੜਾਈ ਹੋ ਜੇ
ਜਾਂ ਬਿਨਾ ਵਜ੍ਹਾ ਪੁਲਿਸ ਨੂੰ ਕੋਈ ਟੈਲੀਫੋਨ ਕਰਦੇ ਪੁਲਿਸ ਆਉਂ ਦੌੜੀ ਜਾਂਦੀ ਹੈ ਵੀ ਪਤਾ ਨਹੀਂ ਕਿੱਡਾ ਵੱਡਾ ਕ੍ਰਾਈਮ ਫੜਨ ਚੱਲੇ ਆ। ਇੱਥੇ ਹੈਰਾਨੀ ਦੀ ਗੱਲ ਹੈ ਨੀਰੇ ਆਪਣੇ ਪੱਤਰਕਾਰ ਸਾਹਿਬ, ਮੈਂ ਲਗਭਗ 2 ਘੰਟੇ ਪੌਣੇ 2 ਘੰਟੇ ਤੋਂ ਫੋਨ ਕਰ ਰਿਹਾ ਸਿਟੀ SHO ਨੂੰ, ਮੈਂ ਟੈਲੀਫੋਨ ਕੀਤਾ ਜਿਹਦੀ ਰਿਕਾਰਡਿੰਗ ਮੈਂ ਤੁਹਾਨੂੰ ਦਿਖਾ ਸਕਣਾ, ਤੁਹਾਨੂੰ ਰਿਕਾਰਡਿੰਗ ਮੈਂ ਦਿਖਾਣੀ ਆ ਜ਼ਰੂਰ। DSP ਨੂੰ ਟੈਲੀਫੋਨ ਕੀਤੇ ਆ, ਮੈਂ ਅਫਸੋਸ ਦੇ ਨਾਲ ਇਹ ਕਹਿਣੀ ਚਾਹੁੰਦਾ ਗੱਲ, ਆ ਦੇਖੋ ਤੁਸੀਂ ਨੋਟ ਕਰੋ, SHO City 2, SHO City 3, DSP 2, DSP 2, ਲਗਭਗ ਮੈਂ 12 ਟੈਲੀਫੋਨ 13 ਕੀਤੇ ਨੇ। 13ਵੇਂ ਟੈਲੀਫੋਨ ਤੋਂ ਬਾਅਦ DSP ਆਪਣੇ SHO City ਨੇ ਟੈਲੀਫੋਨ ਚੁੱਕਿਆ। ਅੱਗੋਂ ਮਜ਼ੇਦਾਰ ਗੱਲ ਇਹ ਆ ਵੀ SHO City ਦੇ ਨਾਲ ਗੱਲ ਹੋਣ ਤੋਂ ਬਾਅਦ SHO ਸਿਵਲ ਲਾਈਨ ਦਾ ਫੋਨ ਆਇਆ, ਉਹ ਵੀ ਲਗਭਗ 1.5 ਘੰਟੇ ਬਾਅਦ। ਤਾਂ ਕਹਿੰਦੇ ਮੈਨੂੰ ਤਾਂ ਹੁਣੇ ਟੈਲੀਫੋਨ ਆਇਆ। ਮੈਂ ਕਿਹਾ ਜੀ ਮੇਰੇ ਕੋਲ ਤਾਂ ਟਾਈਮ ਵੀ ਨੋਟ ਹੈ, ਤਾਂ ਮੈਂ ਕਿੰਨੀ ਦੇਰ ਦਾ ਗੱਲ ਕਰ ਰਿਹਾ, ਤੁਹਾਨੂੰ ਕੋਈ ਅਸਰ ਨਹੀਂ। ਬੰਦਾ ਮਰ ਜਾਏ ਜਾਂ ਕੋਈ ਬੰਦੇ ਨੂੰ ਮਾਰ ਦੇ ਫਿਰ ਹੀ ਆਉਣਾ ਤੁਸੀਂ? ਉਹਨਾਂ ਦਾ ਜਵਾਬ ਸੀ ਨਹੀਂ ਜੀ, ਅਸੀਂ ਤਾਂ ਫੋਰਸ ਆਈ ਹੈ ਅਤੇ ਭੇਜ ਦਿੱਤੀ, 1.5 ਘੰਟੇ ਬਾਅਦ ਇੱਥੇ ਪੁਲਿਸ ਆਈ ਹੈ ਔਰ ਲੈ ਕੇ ਗਈ ਹੈ। ਦਹਿਸ਼ਤ ਦਾ ਵਾਤਾਵਰਨ ਇੰਨਾ ਵਾ ਪੱਤਰਕਾਰ ਸਾਹਿਬ, ਬੇਨਤੀ ਇੰਨੀ ਹੈ ਵੀ ਜੋ ਹਾਲਾਤ ਨੇ ਇਹ ਲੋਕਾਂ ਨੇ ਬੜੇ ਚਾਅ ਨਾਲ ਇੱਕ ਬਦਲਾਓ ਲਿਆਉਂਦਾ ਸੀ ਔਰ ਉਹਨੇ ਮੰਨਿਆ ਚੋਰ ਨੇ ਅੱਜ ਖੋਹ ਵਾਲੇ ਨੇ ਕਿ ਅਸੀਂ ਆਮ ਪਾਰਟੀ ਥੋੜ੍ਹੇ ਦਿਨ ਪਹਿਲਾਂ ਜੁਆਇਨ ਕੀਤੀ। ਉਹਨੇ ਦੱਸਿਆ ਜੀ ਮੈਂ ਤਰਵੈਣੀ ਦਾ ਕੋਈ ਭਤੀਜਾ ਲੱਗਣਾ ਨਾਲ ਮੇਰੇ ਹੀ ਜਿਹੜਾ ਪੋਤਰਾ, ਅਤੇ ਮੈਂ ਕਹਿੰਦਾ ਕਾਦੀ ਆਪਣੇ ਉੱਥੇ ਰਹਿੰਦਾ ਵਾਂ ਪੁਰੀਆਂ ਵਾਲੇ, ਅਸੀਂ ਤਿੰਨਾਂ ਨੇ BJP ਆਪਣੇ ਕੀ ਨਾਲ ਲੈਂਦਿਆ ਆਮ ਪਾਰਟੀ ਜੁਆਇਨ ਕੀਤੀ। ਇਹ ਬਦਲਾਅ ਦੀ ਬਿਹਾਰ ਵੱਧ ਰਹੀ ਆ, ਲੋਕ ਸਮਝ ਨਹੀਂ ਪਾ ਰਹੇ। ਜੇ ਅਸੀਂ ਗੱਲ ਕਹਿੰਦੇ ਹਾਂ ਤਾਂ ਉਹਨੂੰ ਸਿਆਸੀ ਰੂਪ ਦਿੱਤਾ ਜਾਂਦਾ। ਇੱਥੇ ਪੁਲਿਸ ਤੁਹਾਨੂੰ ਵੀ ਪਤਾ ਹੈ ਕਿ ਕੋਈ ਗੱਲ ਕੋਈ ਕਰਦੇ ਅਤੇ ਪੁਲਿਸ ਸਕਿੰਟਾਂ ਦੇ ਵਿੱਚ ਉੱਥੇ ਜਾ ਕੇ ਤਾਂ ਉਂ ਕਰਕੇ ਦਿੰਦੀ ਆ ਵੀ ਜਿੱਦਾਂ ਪਤਾ ਨਹੀਂ ਇਹਨੇ ਕਿੰਨਾ ਵੱਡਾ ਕ੍ਰਾਈਮ ਕਰਦੇ ਆ। ਜਿਹੜੇ ਕ੍ਰਾਈਮ ਕਰਨ ਵਾਲੇ ਲੋਕ ਨੇ, ਜਿਹੜੇ ਲੋਕਾਂ ਨੂੰ ਮਾਰਨ ਡੇ ਨੇ, ਲੋਕਾਂ ਨੇ ਸੈਰ ਬੰਦ ਕਰ ਦਿੱਤੀ ਆ, ਲੋਕ ਸੈਰ ਨਿਕਲਣ ਤੋਂ ਖੌਫ ਜ਼ਿਆਦਾ ਨੇ, ਲੋਕਾਂ ਦੇ ਡੋਲ ਖੋਏ ਗਏ ਨੇ ਦੁੱਧ ਵਾਲੇ, 120 ਰੁਪਈਏ ਦੁੱਧ ਲੈਣ ਵਾਸਤੇ ਜਾਣ ਵਾਲੇ ਤਾਂ ਖੋਏ ਗਏ ਨੇ। ਪਰ ਅੱਜ ਮੈਨੂੰ ਹੈਰਾਨੀ ਹੈ ਵੀ 2 ਘੰਟੇ ਪੁਲਿਸ ਨੂੰ ਲੱਗ ਗਏ ਨੇ ਇਸ ਕ੍ਰਾਈਮ ਕਰਨ ਵਾਲੇ ਲੋਕਾਂ ਦੇ ਵਾਸਤੇ ਪਹੁੰਚਣ ਵਾਸਤੇ, ਕਿਆ ਪੁਲਿਸ ਇਹਨਾਂ ਨਾਲ ਰਲੀ ਦੀ ਹੈ?